यार अचानक फिर दोबारा लाइव होना पै गया। एक हुणे हुणे वीडियो देखी पहले मैं तुहानू दिखाउणा सारे नूं, उदों बाद च गल करदे आ। बड़ा मन जिहा भर आया आ देख लो। ਕਿਸਾਨੀ ਆਪਦੀ ਹੋਂਦ ਦੀ ਲੜਾਈ ਲੜ ਰਹੀ ਆ ਤੇ ਇੱਕ ਪਾਸੇ ਪ੍ਰਚਾਰ ਬਹੁਤ ਅਜਿਹਾ ਵੀ ਗੋਦੀ ਮੀਡੀਆ ਦੇ ਵਿੱਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਉਹ ਨਹੀਂ ਸੰਭਵ ਅਸੀਂ ਮੇਰਾ ਇੱਕ ਸਵਾਲ ਹੀ ਹੈ ਤੁਹਾਨੂੰ ਪਹਿਲਾਂ ਵੀ ਇਸ ਤਰ੍ਹਾਂ ਸ਼ਾਮਿਲ ਹੁੰਦੇ ਸੀਗੇ ਹਾਂਜੀ ਯੂਨੀਅਨ ਦੇ ਵਿੱਚ ਕਿੰਨੇ ਸਮੇਂ ਤੋਂ ਜੁੜੇ ਹੋਏ ਸੀ ਪ੍ਰੋਪਰ ਸਮਾਂ ਤਾਂ ਨਹੀਂ ਯਾਦ ਪਰ ਜਾਂਦੇ ਹੁੰਦੇ ਸੀ ਜੀ ਜਾਂਦੇ ਹੁੰਦੇ ਸੀ ਚਲੋ ਮੈਂ ਮੈਨੂੰ ਪਤਾ ਪਰਿਵਾਰ ਦੇ ਲਈ ਬੋਲਣਾ ਬਹੁਤ ਔਖਾ ਤੇ ਮੈਂ ਇਸੇ ਲਈ ਯੂਨੀਅਨ ਦੇ ਨੁਮਾਇੰਦਿਆਂ ਕੋਲੇ ਆਵਾਂਗਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੀ ਹਮਲਾ ਉਹਨਾਂ ਕੋਲੇ ਕੋਈ ਨਵਾਂ ਬਹਾਨਾ ਨਹੀਂ ਲੱਭਦਾ ਉਹ ਪਹਿਲੇ ਹੀ ਕਹਿੰਦੇ ਨੇ ਵੀ ਜਾਂ ਤਾਂ ਇਹਨਾਂ ਨੂੰ ਤਾਕਤ ਕੋਈ ਬਾਹਰੋਂ ਦੇ ਰਹੇ ਜਾਂ ਪਾਕਿਸਤਾਨ ਦੇ ਰਹੇ ਕੋਈ ਤਾਕਤ ਨਹੀਂ ਦੇ ਰਿਹਾ ਲੋਕਾਂ ਦੀ ਤਾਕਤ ਹੈ ਕਿਸਾਨਾਂ ਮਜ਼ਦੂਰਾਂ ਨੂੰ ਅੱਜ ਸਮਝ ਚੁੱਕੇ ਨੇ ਵੀ ਜੇ ਮੋਦੀ ਸਰਕਾਰ ਪਹਿਲਾਂ ਲੈ ਕੇ ਆਈ ਹੈ ਸਾਡੇ ਤੇ ਪਹਿਲਾਂ ਸਾਡਾ ਸਿਹਤ ਸਹੂਲਤਾਂ ਖੋਈਆਂ ਇੱਥੇ ਪ੍ਰਾਈਵੇਟ ਹਸਪਤਾਲ ਖੋਲ੍ਹੇ ਸਰਕਾਰੀਆਂ ਦਾ ਭੋਗ ਪਾਇਆ ਸਾਡੀਆਂ ਸਿੱਖਿਆ ਜਿਹੜੀ ਉਹ ਖੋਹੀ ਸਾਤੋਂ ਅੱਜ ਜਿਹੜੀ ਵਿੱਦਿਆ ਹੈ ਦੁਕਾਨਾਂ ਤੇ ਮਿਲਦੀ ਉਹਦੇ ਵਿੱਚੋਂ ਜਿੰਨਾ ਸਮਾਂ ਕੱਢਣਾ ਜਿਵੇਂ ਸਾਡਾ ਧਨੌਲੇ ਪੈਟਰੋਲ ਪੰਪ ਤੇ ਰਹਿ ਤੇ ਮਾਨਾ ਪਿੰਡੀ ਕੋਲੇ ਧਰਨਾ ਚੱਲਦਾ ਉਹਦੇ ਵਿੱਚ ਹਰ ਰੋਜ਼ ਜਾਣ ਕੇ ਵੀਰ ਸਾਡੇ ਹਾਜ਼ਰੀ ਲਵਾ ਕੇ ਆਉਂਦਾ ਮਤਲਬ ਕਾਫੀ ਲੰਬੇ ਸਮੇਂ ਤੋਂ ਯੂਨੀਅਨ ਦੇ ਵਿੱਚ ਪੂਰਾ ਲੰਮੇ ਲੰਮੇ ਉੱਚਾ ਜਾਂਦਾ ਵੀ ਇਕੱਲੇ ਕਿਸਾਨ ਹੀ ਐਕਟਿਵ ਆ ਇਹਦੇ ਵਿੱਚ ਅੱਜ ਸਮੁੱਚਾ ਵਰਗ ਇਹ ਨਾ ਇਕੱਲੇ ਕਿਸਾਨਾਂ ਦੀ ਲੜਾਈ ਹੈ ਨਾ ਅੱਜ ਸਾਡੇ ਹਿੰਦੂਆਂ ਦੀ ਲੜਾਈ ਹੈ ਨਾ ਮੁਸਲਮਾਨਾਂ ਦੀ ਲੜਾਈ ਹੈ ਨਾ ਟਰੱਕ ਆਪਰੇਟਰਾਂ ਦੀ ਲੜਾਈ ਹੈ ਨਾ ਮਜ਼ਦੂਰਾਂ ਦੀ ਲੜਾਈ ਹੈ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਲੋਕ ਮਿਲ ਕੇ ਇਹਦਾ ਟੱਕਰਾ ਕਰ ਲੈਣਗੇ ਪੂਰਾ ਜੋ ਇੱਕ ਨੈਰੇਟਿਵ ਇੱਕ ਧਾਰਨਾ ਬਣਾਈ ਜਾ ਰਹੀ ਹੈ ਉਹਦੇ ਨਾਲ ਟੱਕਰਾ ਲੈ ਲਾਂਗੇ ਅਸੀਂ ਇਹ 'ਚ ਸਾਰੀ ਚਾਲ ਅਸੀਂ ਭਾਜਪਾ ਦੀ ਕੁੱਟਾਂਗੇ ਅਸੀਂ ਕੁੱਟਣ 'ਚ ਪਹਿਲਾਂ ਕਾਮਯਾਬ ਹੋਏ ਹਾਂ ਜਦੋਂ ਸਾਨੂੰ ਦਿੱਲੀ ਦੇ ਵਿੱਚ ਮੀਟਿੰਗ ਨੂੰ ਸੱਦਿਆ 13 ਤਰੀਕ ਨੂੰ ਪਿਛਲੀ ਨੂੰ ਤੁਹਾਨੂੰ ਪਤਾ ਉਦੋਂ ਬਹੁਤ ਸਾਰੇ ਪੰਜਾਬ 'ਚ ਉਹਨਾਂ ਨੇ ਆਗੂ ਭੇਜੇ ਵੀ ਲੋਕ ਬਲਗਾੜ ਚੱਕ ਇਹਨਾਂ ਦੇ ਗਲ ਪੈਣਗੇ ਅਸੀਂ ਆਪਦੀ ਸਮੁੱਚੀ ਸਮਝ ਰਹਾਂ ਆ ਲਓ ਜੀ ਹੁਣ ਮੈਂ ਇਹ ਦੇਖਣਾ ਚਾਹੁੰਦਾ ਉਹ ਵਿਹਲੜ ਬੰਦਿਆਂ ਨੂੰ ਜਾਂ ਫਿਰ ਜਿਹੜੇ ਇੱਥੇ ਬੈਠੇ ਮਿਊਜ਼ਿਕ ਦੀਆਂ ਵੀਡੀਓ ਦੇਖਦੇ ਹੋਣਗੇ ਯੂਟਿਊਬ ਤੇ ਜਾਂ ਫਿਰ ਉਹ ਭਾਈ ਕੋਈ ਕਿਸੇ ਕੁੜੀ ਨੇ ਪਾ ਦੀ ਹੋਣੀ ਅੱਧ ਕੱਪੜੇ ਜੇ ਨੰਗੇ ਪਾ ਕੇ ਉਹਦੀਆਂ ਵੀਡੀਓਆਂ ਚੱਲਦੀਆਂ ਹੋਣਗੀਆਂ ਪਰ ਆ ਜਿਹੜੀ ਵੀਡੀਓ ਦਿਖਾਉਣ ਵਾਲੀ ਆ ਲੋਕਾਂ ਨੂੰ ਉਹ ਤਾਂ ਮੀਡੀਆ ਵੀ ਨਹੀਂ ਦਿਖਾ ਰਿਹਾ ਹੈਗਾ ਯਾਰ ਬੜੀ ਸ਼ਰਮ ਦੀ ਗੱਲ ਹੈ ਅੱਜ ਕੱਲ੍ਹ ਕਿ ਇੰਨੇ ਅਸੀਂ ਘਟੀਆ ਹੋ ਗਏ ਹਾਂ ਕਿ ਸਾਡਾ ਮੀਡੀਆ ਵੀ ਇੰਨਾ ਘਟੀਆ ਹੋ ਗਿਆ ਸਾਲਾ ਜਿਹੜਾ ਅੱਗੇ ਸਾਡੇ ਦਰਦ ਨਹੀਂ ਦਿਖਾ ਰਿਹਾ ਹੈਗਾ ਕਿ ਆਹੀ ਕੁਛ ਚੱਲਦਾ ਰਿਹਾ ਅੱਗੇ ਕਿਹਨੇ ਆਉਣਾ ਫਿਰ ਯਾਰ ਇਹ ਤਾਂ ਮੋਦੀ ਦਾ ਕੰਡਾ ਕੱਢਣਾ ਹੀ ਪੈਣਾ ਹੁਣ ਤਾਂ ਕਿਉਂਕਿ ਹੁਣ ਮੈਂ ਗਰੰਟੀ ਦਿੰਦਾ ਮੈਂ ਉਹ ਵਿਹਲੜਾਂ ਨੂੰ ਪੁੱਛਦਾ ਜਾਂ ਜਿਹੜੇ ਆ ਹੁਣ ਕਦੇ ਜੀ ਮੈਂ ਆਹ ਖਾਣਾ ਬਣਾ ਰਹੀ ਹਾਂ ਮੈਂ ਉਹ ਬਣਾ ਰਹੀ ਹਾਂ ਜਾਂ ਜੀ ਮੈਂ ਸ਼ੋਪਿੰਗ ਕਰਨ ਚੱਲੀ ਹਾਂ ਅਤੇ ਜਾਂ ਮੇਰੇ ਘਰ ਪ੍ਰਾਹੁਣੇ ਆਏ ਹੋਏ ਆ ਜਾਂ ਮੈਂ ਵਿਆਹ 'ਤੇ ਚੱਲੇ ਹਾਂ ਮੈਂ ਉਹਨਾਂ ਨੂੰ ਪੁੱਛਦਾ ਆਪਣੀ ਵੀਡੀਓ ਬਣਾਉਣ ਤੋਂ ਬਾਅਦ 'ਚ ਤੁਸੀਂ ਆਹ ਵੀਡੀਓ ਦੇਖੀ ਆ ਇਹਨੂੰ ਸ਼ੇਅਰ ਕਰਿਆ ਜਾਂ ਇਹਨੂੰ ਲਾਈਕ ਕਰਿਆ ਜਾਂ ਕੋਈ ਕਮੈਂਟ ਛੱਡਿਆ ਇਹਦੇ 'ਤੇ ਨਹੀਂ ਕਿਉਂਕਿ ਤੁਹਾਡੇ ਕੋਲ ਸਿਰਫ ਆਪਣੇ ਲਈ ਟਾਈਮ ਹੈ ਤੁਹਾਡੇ ਘਰ 'ਚ ਰੋਟੀ ਪੱਕਦੀ ਆ ਤੁਹਾਡੇ ਘਰ ਸਭ ਕੁਛ ਚੱਲਦਾ ਤੁਸੀਂ ਖੁਸ਼ ਹੋ ਬਾਹਰ ਕੋਈ ਮਰੇ ਕੋਈ ਜੀਵੇ ਤੁਹਾਡੇ ਲਿੰਕ ਨਹੀਂ ਲੱਗਦੇ ਮੈਨੂੰ ਕਿਸੇ ਨਾਲ ਇਹ ਸਭ ਕੁਛ ਬੰਦ ਹੋ ਜੂਗਾ ਜੇ ਅੰਬਾਨੀਆਂ ਦੇ ਹੱਥ 'ਚ ਆ ਗਿਆ ਇਕੱਠੇ ਹੋਣ ਦਾ ਟਾਈਮ ਆ ਕਾਮੈਂਟ ਜਾਂ ਵੀਡੀਓ ਬਣਾ ਕੇ ਨਾ ਲਾਈਕ ਕਰ ਲੈਣ ਦਾ ਟਾਈਮ ਨਹੀਂ ਹੈਗਾ ਇੱਥੇ ਇਹ ਤਾਂ ਸਾਰੀ ਉਮਰ ਪਈ ਆ ਜੇ ਅੰਬਾਨੀਆਂ ਦੇ ਹੱਥ 'ਚ ਡੰਡਾ ਆ ਗਿਆ ਨਾ ਪਿੱਛੇ ਦੇ ਕੇ ਫਿਰ ਵੀਡੀਓ ਵੀ ਨਹੀਂ ਪੈਣੀ ਤੋਂ ਸੁਧਰ ਜਾਓ ਟਾਈਮ ਆ ਦੇਖ ਲਓ ਆਹ ਨਹੀਂ ਤਾਂ ਫਿਰ ਇੱਦਾਂ ਹੀ
ਹੋਊਗਾ ਸਾਰਾ ਕੁਛ, ਕੱਲ ਨੂੰ ਇੱਦਾਂ ਹੀ ਪਾ ਕੇ ਛੱਡ ਦੇਣਗੇ, ਤੁਹਾਨੂੰ ਵੀ ਨਹੀਂ ਕਿਸੇ ਨੇ ਪੁੱਛਣਾ, ਜਾਣਗੇ ਸਿਵਿਆਂ 'ਚ ਲੈ ਜਾਣਗੇ ਜਾਂ ਕਬਰਾਂ 'ਚ ਲੈ ਜਾਣਗੇ ਜਾਂ ਜਿੱਥੇ ਵੀ ਜਿੱਦਾਂ ਦਾ ਹੁੰਦਾ ਹੈ ਉੱਦਾਂ ਲੈ ਜਾਣਗੇ ਉੱਥੇ ਤੁਹਾਨੂੰ, ਬਾਅਦ 'ਚ ਛੱਡ ਆਉਣਗੇ। ਦੋ ਚਾਰ ਦਿਨ ਬਾਅਦ 'ਚ ਤੁਹਾਡਾ ਭੋਗ ਪਾ ਦੇਣਗੇ, ਫਿਰ ਉਹ ਵੀ ਆਪਣੇ ਕੰਮ ਹੀ ਲੱਗ ਜਾਣਗੇ। ਕਦੇ ਸੋਚੀਆਂ ਗੱਲਾਂ ਬੈਠ ਕੇ, ਜੇ ਤੁਸੀਂ ਭਾਈਚਾਰਾ ਬਣਾਓਗੇ ਨਾ ਬਾਹਰ ਤਾਂ ਹੀ ਬਣਨਾ। ਯੂਟਿਊਬ 'ਤੇ ਵੀਡੀਓ ਪਾ ਪਾ ਕੇ ਕਮੈਂਟ ਲੈ ਕੇ ਨਾ, ਔਰ ਜਾਂ ਫਿਰ ਆਪਣੇ ਕਦੇ ਉਹ ਦਿਖਾਤਾ ਜੀ, ਉਹ ਦਿਖਾਤਾ, ਵਿਆਹ ਕਰਦੀ ਹਾਂ, ਵਿਆਹ ਕਰਦਾ, ਮਾਂ ਲੈ ਲਿਆ, ਇੱਥੇ ਰਹਿ ਜਾਣਾ ਸਾਰਾ ਕੁਛ। ਹੁਣ ਤੁਸੀਂ ਆਪ ਹੀ ਸੋਚ ਲਓ।